ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਠੀਕ ਠਾਕ ਹੋਗੇ। ਇਹ ਵੀਡੀਓ ਚਾਂਦਨੀ ਚੌਂਕ ਤੋਂ ਮੈਂ ਜਾ ਰਹੀ ਹਾਂ, ਚਾਂਦਨੀ ਚੌਂਕ ਦੀ ਹੈ, ਤੋਂ ਉੱਥੋਂ ਮੈਂ ਜਾ ਰਹੀ ਹਾਂ ਓਮੈਕਸ ਮੌਲ ਜਿਹੜਾ ਨਵਾਂ ਖੁੱਲ੍ਹਿਆ ਚਾਂਦਨੀ ਚੌਂਕ ਦੇ ਵਿੱਚ, ਜਿਹਦੇ 'ਚ ਤੁਹਾਨੂੰ ਕਾਰ ਦੀ ਪਾਰਕਿੰਗ ਵੀ ਹੈ। ਹਜੇ ਕੰਸਟਰਕਸ਼ਨ ਚੱਲਦੀ ਪਈ ਹੈ, ਹਜੇ 100% ਉਹ ਜਿਵੇਂ ਕਹਿ ਸਕਦੇ ਹਾਂ ਆਪਾਂ ਐਕਟਿਵ ਨਹੀਂ ਹੋਇਆ ਜਾਂ ਪ੍ਰੋਪਰ ਨਹੀਂ ਹਜੇ ਚੱਲ ਰਿਹਾ, ਪਰ ਇਨ ਫਿਊਚਰ ਹੈ, ਬਹੁਤ ਵੱਡਾ ਓਮੈਕਸ ਮੌਲ ਬਣ ਰਿਹਾ। ਅਤੇ ਉੱਥੇ ਮੈਂ ਗਈ ਸੀ, ਅਤੇ ਉਸ ਤੋਂ ਪਹਿਲਾਂ ਮੈਂ ਇੱਥੇ ਹੋ ਕੇ ਗਈ ਹਾਂ, ਇੱਥੇ ਸਾੜੀਆਂ ਦੀ ਸੇਲ ਲੱਗੀ ਹੋਈ ਸੀ। ਸੈਟਰਡੇ ਸੰਡੇ ਸਪੈਸ਼ਲ ਮਾਰਕੀਟ ਲੱਗਦੀ ਹੈ ਸਾੜੀਆਂ ਦੀ, ਅਤੇ ਜੇ ਕਿਸੇ ਨੇ ਖਰੀਦਣੀ ਉਹ ਖਰੀਦ ਸਕਦਾ। ਅਤੇ ਵੀ ਹੱਦ ਨਾਲੋਂ ਵੱਧ ਰਸ਼ ਸੀ। ਔਰ ਇਹ ਵੀਡੀਓ ਤੁਹਾਡੀ ਮਈ ਮੰਥ ਦੀ ਹੈ, 2024 ਦੀ। ਆਓ ਤੁਹਾਨੂੰ ਮੈਂ ਅੱਗੇ ਦਿਖਾਉਂਦੀ ਹਾਂ ਓਮੈਕਸ ਮੌਲ ਬਾਰੇ। ਅਗਰ ਤੁਸੀਂ ਦੇਖੋਗੇ ਨਾ ਚਾਂਦਨੀ ਚੌਂਕ 'ਚ ਇੰਨੀ ਭੀੜ ਭਾੜ ਵਾਲੀ ਥਾਂ 'ਤੇ ਏਸੀ, ਪਾਰਕਿੰਗ, ਐਡਵਾਂਸ ਟੈਕਨੋਲੋਜੀ, ਸਾਰੀ ਸ਼ੋਪਿੰਗ ਇੱਕ ਹੀ ਛੱਤ ਦੇ ਥੱਲੇ, ਔਰ ਬਿਊਟੀਫੁਲ ਦਿੱਲੀ 6 ਜਾਂ ਚਾਂਦਨੀ ਚੌਂਕ ਨੂੰ ਦੇਖਣਾ, ਅਤੇ ਓਮੈਕਸ ਮੌਲ ਉਹਦਾ ਸਬਸਟੀਟਿਊਟ ਹੈ। ਤੁਹਾਨੂੰ ਇੱਥੇ ਹਰ ਚੀਜ਼ ਮਿਲੇਗੀ, ਔਰ ਇੱਥੇ ਖਾਣੇ ਨੂੰ, ਫੂਡ ਕੋਰਟ ਨੂੰ 4 ਕੈਟਾਗਰੀ 'ਚ ਡਿਵਾਈਡ ਕੀਤਾ ਗਿਆ, ਨੀਲ ਨਗਰ, ਸੁਨਹਿਰੀ ਨਗਰ, ਲਾਲ ਬਾਗ, ਭਰਨਾਪੁਰੀ। ਔਰ ਮੈਂ
ਉਹੀ ਸਾਰੀ ਵੀਡੀਓਜ਼ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਕੀਤੀ। ਹਜੇ ਕਈ ਚੀਜ਼ਾਂ ਓਪਨ ਹੋ ਰਹੀਆਂ ਨੇ। ਮੈਂ ਖਰੀਦੀ ਸੀ ਟਿੱਕੀ ਐਜ਼ ਯੂਜੂਅਲ, ਔਰ ਲੱਸੀ। ਰੇਟ ਥੋੜ੍ਹੇ ਜਿੰਨੇ ਹਾਈ ਨੇ, ਕਿਉਂਕਿ ਜਦੋਂ ਇੰਨਾ ਕੁਝ ਪ੍ਰੋਵਾਈਡ ਕਰ ਰਹੇ ਨੇ ਭੀੜ ਭਾੜ ਵਾਲੇ ਏਰੀਏ, ਥੋੜ੍ਹਾ ਪ੍ਰਾਈਸ ਜ਼ਿਆਦਾ ਹੋਏਗਾ, ਬਟ ਮਜ਼ਾ ਆਇਆ। ਖੂਬਸੂਰਤੀ ਰੱਜ ਕੇ ਹੈ, ਔਰ ਇਨ ਫਿਊਚਰ ਇਹ ਥਾਂ ਇੰਨੀ ਫੇਮਸ ਹੋਣੀ ਹੈ ਕਿ ਲੋਕ ਇੱਥੇ ਸਪੈਸ਼ਲ ਆਇਆ ਕਰਨ, ਕਿਉਂਕਿ ਹਜੇ ਕੰਸਟਰਕਸ਼ਨ ਚੱਲ ਰਹੀ ਹੈ, ਹਜੇ ਖੁੱਲ੍ਹ ਰਹੀਆਂ ਨੇ ਦੁਕਾਨਾਂ, ਔਨ ਦੀ ਵੇ ਨੇ, ਬਟ ਬਿਊਟੀ, ਓਹੋ, ਨੋ ਵਰਡਸ, ਨੋ ਵਰਡਸ, ਨੋ ਵਰਡਸ, ਮੈਂ ਇਹੀ ਕਹਾਂਗੀ ਕਿ ਮਜ਼ਾ ਆ ਗਿਆ ਸੀ ਹਰ ਚੀਜ਼ ਨੂੰ ਦੇਖ ਕੇ। ਸੋ ਮੇਰੀ ਤਰਫੋਂ ਰਿਕਮੈਂਡ ਹੈ, ਜੇ ਤੁਸੀਂ ਇੰਜੋਏ ਕਰਨਾ ਦਿੱਲੀ 6 ਨੂੰ, ਗਰਮੀ ਤੋਂ ਬਚ ਕੇ ਇੱਥੇ ਜਾਓ।